ਦਿੱਤੀ ਸੀ ਅਤੇ ਕੋਈ ਉਹਦੇ 'ਤੇ ਕਹਿ ਦਈਏ ਨਹੀਂ ਉਹ ਗੱਲ ਦੀ ਦਰਖਾਸਤ ਹੈਗੀ ਉਹ ਬੈਠਾ ਸੀ ਵੀ ਇਹਨੂੰ ਕਿਰਪਾ ਕਰਕੇ ਨਹੀਂ ਦੇਖੋ ਨਾ ਜਦੋਂ ਸ਼ਾਮ ਤੱਕ ਕੰਮ ਗਰਮ ਹੋ ਜਾਵੇ ਗੱਲ ਸੁਣ ਲਓ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਰਕੇ ਆਏ ਸੀ ਬਾਬਾ ਜੀ ਹੁਣ ਉਹਨਾਂ ਦੀ ਹਿਫਾਜ਼ਤ ਲਈ ਆਏ ਜਦੋਂ ਤੁਸੀਂ ਮੈਨੂੰ ਉਹਨਾਂ ਦੀ ਹਿਫਾਜ਼ਤ ਲਈ ਆਏ ਪਲੀਜ਼ ਪਲੀਜ਼ ਜੋ ਤੁਸੀਂ ਮੈਨੂੰ ਕਹੇ ਉਦੋਂ ਮੈਂ ਥਾਣੇ ਵਿੱਚ ਸਾਰੇ ਕੰਮ ਛੱਡ ਨਹੀਂ ਨਹੀਂ ਅਸੀਂ ਲਾਅ ਐਂਡ ਆਰਡਰ ਨੂੰ ਅਸੀਂ ਤਾਂ ਹੱਥ ਨਹੀਂ ਲੈਣਾ ਜੀ ਲਾਅ ਐਂਡ ਆਰਡਰ ਨਹੀਂ ਲੈਣਾ ਲਾਅ ਐਂਡ ਆਰਡਰ ਸਾਰੇ ਮੂਸੇ ਵਾਲੇ ਕਿ ਸਾਡੇ ਵਾਸਤੇ ਅਸੀਂ ਕਿ ਲਾਅ ਐਂਡ ਆਰਡਰ ਭੰਗ ਕਰਦੇ ਸਾਰੇ ਦੇਖੋ ਨਾ ਸਾਰੇ ਕੰਮ ਛੱਡ ਕੇ ਮੈਂ ਉਹਦੀ ਤੁਹਾਡੇ ਕੋਲ ਆਇਆ ਤੁਹਾਨੂੰ ਬੁਲਾ ਕੇ ਉਹਦੀ ਮੁੰਡਾ ਹੌਲਦਾਰ ਭੇਜਿਆ ਨਾ ਇੱਕ ਥਾਣੇ ਭੇਜਿਆ ਉਹਨੇ ਘਰ ਘਰ ਕੋਈ ਨਹੀਂ ਬੰਦਾ ਨਹੀਂ ਮਿਲਿਆ ਹੈਗਾ ਠੀਕ ਹੈ ਜੀ ਉਹਨਾਂ ਫੋਨ ਤੋਂ ਸਾਡੇ ਦੀ ਮਾਤਾ ਨੂੰ ਤਾਂ 2 ਮਿੰਟ ਅਸੀਂ ਗੁਜ਼ਾਰਿਸ਼ ਕਰ ਲਈ ਨਹੀਂ ਨਹੀਂ ਪਲੀਜ਼ ਨਹੀਂ ਦੱਸਿਆ ਟਾਈਮ ਦੱਸਿਆ ਕਿੰਨੇ ਵਜੇ ਕੀ ਕਰਦੇ ਲੱਗੇ ਨਹੀਂ ਇੰਨੇ ਕਿਉਂ ਕਰਨ ਨੂੰ ਜਿੰਦਾ ਲੱਗਿਆ ਨਹੀਂ ਜਿੰਦਾ ਤਾਂ ਨਹੀਂ ਲੱਗਿਆ ਜਿਹੜਾ ਘਰ ਤਾਂ ਖੁੱਲ੍ਹਾ ਹੈ ਸਿੰਘ ਨੇ ਮੈਨੂੰ ਦੱਸਤਾ ਸੀ ਆਹ ਟਾਈਮ ਤੇ ਆਹ ਕਰ ਰਿਹਾ ਜਾ ਕੇ ਦੱਸੋ ਤੁਸੀਂ ਬੁਲਾ ਲੈਂਦੇ ਤੁਸੀਂ ਉਦੋਂ ਕਹਿ ਵੀ ਨਹੀਂ ਆਪਾਂ ਸ਼ਾਮ ਨੂੰ 4 ਸਾਡਾ ਪ੍ਰੋਗਰਾਮ ਜਿਹੜੀ ਬੇਨਤੀ ਦਰਖਾਸਤ ਦਿੱਤੀ ਹੈ ਉਹਦੀ ਪ੍ਰੋਗਰਾਮ ਦੇ ਬਾਰੇ ਗੱਲ ਕਰ ਲੈਂਦੇ ਦਰਖਾਸਤ ਸਾਡੇ ਵਿੱਚ ਕੰਮ ਕਰਨਾ ਸਾਡੇ ਵਿੱਚ ਆਪਾਂ ਗੱਲ ਕਰ ਲੈਂਦੇ ਅਸੀਂ ਥਾਣੇ ਤੋਂ ਹੀ ਆਏ ਜੀ ਨਹੀਂ ਤੂੰ ਥਾਣੇ ਆਈ ਗੁਰਦੁਆਰੇ ਸਾਹਮਣੇ ਅਸੀਂ ਖੜੇ ਸੀ ਸਾਹਿਬ ਅਸੀਂ ਇਕੱਠੇ ਹੋਏ ਸੀ ਸਾਨੂੰ ਪਤਾ ਸੀ ਬੰਦੇ ਇਕੱਠੇ ਹੋਏ ਸਾਨੂੰ ਪਤਾ ਸੀ ਬੰਦੇ ਇਕੱਠੇ ਹੋਏ ਨੇ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਤੱਕ ਸਾਨੂੰ ਜਾਣਦੇ ਕੋਈ ਗਲਤ ਕੰਮ ਨਹੀਂ ਕਰਨਾ ਦੇਖੋ ਅਸੀਂ ਸਾਰੀ ਦੇਖ ਲੈਣ ਚਾਰ ਬੰਦੇ ਸਾਨੂੰ ਤਸੱਲੀ ਦਾ ਕਰਾਓ ਨਾ ਤੂੰ ਮਾਂ ਨਾਲ ਉਹਦੇ ਨਾਲ ਕਿਹੜੇ ਪਿਓ ਨਾਲ ਗੱਲ ਚਲੋ ਕਰ ਪਹਿਲੇ ਉਹਨਾਂ ਗੱਲ ਕਰ ਲੈਣੇ ਆ ਕੇ ਤੁਹਾਨੂੰ ਸਵੇਰੇ ਬੇਨਤੀ ਹੀ ਕੀਤੀ ਸੀ ਕਿੱਡੀ ਵੱਡੀ ਉਹਨੇ ਇੱਕ ਭਾਵਨਾ ਨੂੰ ਠੇਸ ਪਹੁੰਚਾਈ ਹੈ ਪੂਰੀ ਕੌਮ ਦੇਖੋ ਇਸ ਗੱਲ ਤੇ ਇੱਕ ਹੋਈ ਹੈ ਵੀ ਇਹਨੇ ਕਿੱਡੀ ਵੱਡੀ ਗਲਤੀ ਕੀਤੀ ਹੈ ਸਾਡੀ ਕੌਮ ਦੀ ਉਹ ਜਰਨੈਲ ਨੂੰ ਇੱਕ ਲੱਚਰਤਾ ਵੱਲ ਜੋੜਿਆ ਵੀ ਇੱਕ ਦੇਖੋ ਜਿਹੜੀ ਕੁੜੀ ਵੀਡੀਓ 'ਚ ਦੇਖੀ ਆ ਕੀ ਕੱਪੜੇ ਪਾਏ ਨੇ ਉਹਦੇ ਜਿਹੜੀ ਉਹ ਕੁੜੀ ਜੀ ਤੋਂ ਕਹਾ ਰਿਹਾ ਸ਼ਬਦ ਸੁਣਿਆ ਮੈਂ ਥੋੜ੍ਹਾ ਲਿਖਿਆ ਸੁਣਾ ਦਿੰਦਾ ਕਹਿੰਦਾ ਆਸ਼ਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲ ਖੰਡਿਆਂ ਨਾ ਖੇਡੀਆਂ ਨਾ ਪਰਾਂਦਿਆਂ ਦੇ ਨਾਲ ਮਾਈ ਭਾਗੋ ਵਰਗੀ ਤਸੀਰ ਮੁੰਡਿਆ ਪਰੀਆਂ ਵਾਂਗ ਪੈਂਦਾ ਹੈ ਭੁਲੇਖਾ ਮੁੱਖ ਤੋਂ ਮੁੰਡਿਆਂ ਦੇ ਜਾਂਦਿਆਂ ਨੇ ਪਤਾ ਨਹੀਂ ਸਾਹ ਸੁੱਕਦੇ ਮੁੰਡਿਆਂ ਦੇ ਦੇਖਦਿਆਂ ਦੇ ਸਾਹ ਸੁੱਕਦੇ ਦੀ ਕੁਰਬਾਨੀ ਦੇਖ ਲਓ ਕਿ ਕੀ ਆ ਦੇ ਇਧਰ ਇੱਕ ਤੁਲਨਾ ਦੇਖ ਲਓ ਕਿੱਥੇ ਜਿਉਣੇ ਮੋੜ ਦੀ ਬਦੋਗ ਲੱਗੀ ਮਾਤਾ ਗੁਰੀ ਨੂੰ ਵੀ ਲੈ ਆਉਣਾ ਇਹਦਾ ਰੁਕਣੇ ਨਹੀਂ ਬੰਦੇ ਤੁਸੀਂ ਕੰਪਲੇਨ ਦੇਤੀ ਸੀ ਅਸੀਂ ਉਹਦੀ ਕਾਰਵਾਈ ਕਰਦੇ ਸਾਨੂੰ ਇੱਕ ਨਾਲ ਸੀਟੀ ਬਣਾ ਕੇ ਜਿਹੜੀ ਆ ਗੱਲ ਬੋਲੀ ਹੋਈ ਹੈ ਸਾਨੂੰ ਦੇ ਦਿਓ ਅਸੀਂ ਕਾਰਵਾਈ ਕਰਦੇ ਹਾਂ ਇਹ ਹੈ ਜੀ ਫੇਸਬੁੱਕ ਤੇ ਚੱਕੋ ਸਾਰਿਆਂ ਕੋਲ ਪਈ ਆ ਪੂਰਾ ਸਮਾਨ ਆ ਐਸਐਸਪੀ ਬਠਿੰਡੇ ਦੇ ਗੱਲ ਕਰ ਉਹਨੂੰ ਸਾਰਾ ਮੈਂ ਬੇਨਤੀ ਦੇ ਕੇ ਆਏ ਆ ਇੱਕ ਬੇਨਤੀ ਕੀਤੀ ਸੀ ਜਦੋਂ ਬੰਦਾ ਅਸੀਂ ਤੁਹਾਨੂੰ ਦੱਸ ਰਹੇ ਆ ਅਸੀਂ ਆਪ ਕੋਈ ਨਹੀਂ ਹਜੇ ਇਸ ਕਰ ਰਹੇ 4 ਵਜੇ ਤੋਂ ਪਹਿਲਾਂ ਇਹ ਦੱਸਤਾ ਅਮਰਜੀਤ ਸਿੰਘ ਜੀ ਤੋਂ ਤੁਸੀਂ ਦੱਸੋ ਵੀ ਤੁਹਾਨੂੰ ਦੱਸਿਆ ਨਾ ਵੀ ਇਸ ਸਮੇਂ ਬੰਦਾ ਉੱਥੇ ਬੈਠਾ ਹੈ ਘਰੇ ਬੈਠਾ ਹੈ ਉਦੋਂ ਬਾਅਦ ਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਤਕਨੀਕ ਦੇ ਤਹਿਤ ਸਾਨੂੰ ਉੱਥੇ ਥਾਣੇ 'ਚ ਬਿਠਾਇਆ ਗਿਆ ਜੀ ਕੀ ਕਿਹਾ ਗਿਆ ਫੋਨ 'ਤੇ ਅਮਰਜੀਤ ਸਿੰਘ ਨੇ ਕਿਹਾ ਆ ਜਾਓ ਜੀ ਮੂਸੇ ਵਾਲਾ ਸਾਡੇ ਥਾਣੇ 'ਚ ਆ ਗਿਆ ਉੱਥੇ ਗੱਲ ਕਰੋ ਨਹੀਂ ਨਹੀਂ ਮੈਂ ਕਿਹਾ ਬੰਦਾ ਭੇਜ ਹੈ ਮੂਸੇ ਵਾਲਾ ਥਾਣੇ 'ਚ ਆ ਗਿਆ ਸਾਨੂੰ ਇਹ ਕਿ ਥਾਣੇ 'ਚ ਬਿਠਾਇਆ ਗਿਆ ਥਾਣੇ 'ਚ ਹਾਂਜੀ ਇਹ ਗੱਲ ਕੋਈ ਪਹਿਲੀ ਨਹੀਂ ਹੈ ਇਹ ਤਾਂ ਤੁਹਾਨੂੰ ਬਹੁਤ ਗੰਭੀਰਤਾ ਨਾਲ ਵਿਚਾਰ ਕਰਨਾ ਪਊਗਾ ਬਿਲਕੁਲ ਜੀ ਬਿਲਕੁਲ ਇਹ ਅੱਜ ਦਾ ਨਹੀਂ ਹੈਗਾ ਜੀ ਸਾਡੀ ਕੌਮ ਨਾਲ ਮਤਲਬ ਲੰਬੇ ਸਮੇਂ ਤੋਂ ਜਿਹੜਾ ਧੱਕਾ ਹੋ ਰਿਹਾ ਜਦੋਂ ਗਿੱਲ ਤੇ ਬੇਅੰਤੇ ਦੀ ਜੋੜੀ ਨੇ ਇੱਕ ਸਾਡੇ ਸੰਘਰਸ਼ ਨੂੰ ਦਬਾਇਆ
ਉਹਨਾਂ ਨੇ ਦੁਬਾਰੇ ਪੋਸਟ ਇਕੱਠ ਕਰਵਾ ਕੇ ਸੱਭਿਆਚਾਰ ਦੇ ਨਾਂ ਤੇ ਗਾਇਕਾਂ ਨੂੰ ਪੈਸੇ ਦੇ ਕੇ ਗੁਰਪ੍ਰੀਤ ਘੁੱਗੀ ਮੰਨਿਆ ਕਹਿੰਦਾ ਮੈਂ ਏ ਐਸ ਆਈ ਬਣਾ ਹੋਇਆ ਸੀ ਡਾਇਰੈਕਟਰ ਸਾਹਿਬ ਉਹ ਦੇਖੋ ਐਲ ਡੀ ਵਾਲਾ ਕਿੱਡਾ ਮਾਮਲਾ ਤੁਹਾਡੇ ਵੱਲੋਂ ਗਾਣਾ ਅਸੀਂ ਬਣਾ ਰਹੇ ਹਾਂ, ਦੂਜਾ ਕੌਣ ਕਰ ਦੂ ਬਈ? ਸੁਣ ਤਾਂ ਲਓ, ਲੱਖਾਂ ਫਿਲਮਾਂ ਲੱਖਾਂ, ਉਹ ਤਾਂ ਇਹ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ, ਕਰਵਾਇਆ ਗਿਆ, ਇਹ ਸਾਰੀ ਦੀ ਸਾਰੀ ਗੱਲ ਸਿੱਧੀ ਕਰਵਾਇਆ ਗਿਆ। ਇਹ ਕੰਮ ਕਰਵਾਏ ਜਾਂਦੇ ਆ, ਕਾਰਨ ਕੀ ਵੀ ਇਹ ਸਿੱਖ ਨੇ ਜਿਹੜੇ ਇੱਕ ਥਾਂ ਤੇ ਇਕੱਠੇ ਨਾ ਹੋ ਕੇ ਬਹਿਣ, ਇਹਨਾਂ 'ਚ ਕੋਈ ਨਾ ਕੋਈ ਅੱਗ ਸਿੱਟੋ। ਦੇਖੋ ਭਾਈ ਸਾਹਿਬ, ਸਾਡੇ ਕੋਲ ਦੋ ਮੰਗਾਂ ਨੇ, ਇੱਕ ਉਹ ਤੇ ਕਾਰਵਾਈ ਕਰੋ ਕਾਨੂੰਨੀ, ਇੱਕ ਉਹਦੀ ਮਾਤਾ ਜਾਂ ਪਿਓ ਨਾਲ ਸਾਡੀ ਗੱਲ। ਮੈਂ ਤੁਹਾਨੂੰ ਬੁਲਾ ਲਾ ਲਵਾਂ, ਪੰਜ ਬੰਦੇ ਲਿਆ ਕੇ, ਮੈਂ ਜਿਹੜੀ ਤੁਹਾਨੂੰ ਗੱਲ ਕਹਿੰਦਾ, ਕਿਹਨਾਂ ਵੱਲੋਂ ਐਪਲੀਕੇਸ਼ਨ ਉਹਦੇ ਕਾਰਵਾਈ ਕਰੋ ਸਾਡੇ ਵੱਲੋਂ, ਦੂਜੀ ਗੱਲ ਹੀ ਨਾ ਕਰੋ। ਉਹਦੀ ਨਾਲ ਬੋਲੋ ਬਜ਼ੁਰਗੋ, ਇੱਕ ਵੱਡਾ ਸਿੱਖਾਂ ਦਾ ਨਹੀਂ ਮੁਸਲਮਾਨਾਂ ਦਾ, ਚਲੋ ਚਲੋ ਜਾਦਾ ਬਾਬਾ ਨਹੀਂ ਜਾਦਾ ਆ ਰਿਹਾ ਆ ਰਿਹਾ ਮੁਸਲਮਾਨ ਦਾ ਕੋਈ ਨਹੀਂ ਕੋਈ ਕੀ ਲੈ ਦੋ ਸਾਡੇ ਕੋਲ ਉਹਨਾਂ ਤੋਂ ਕੀ ਲੈਣਾ ਤੁਸੀਂ ਉਹਨੇ ਉਹਦੇ ਫਿਰ ਮਾਰ ਕੇ ਤੁਹਾਡੇ ਬੇੜੇ ਨੂੰ ਪਰੇ ਕਰਾ ਕੋਈ ਨਾ ਬਾਬਾ ਜੀ ਤੁਸੀਂ ਸਾਨੂੰ ਕੋ ਨਾ ਸਿੱਖੀ ਬਣਾ ਕੇ ਉਹ ਦਵਾਂਗੇ ਪਰ ਪਹਿਲਾਂ ਗੱਲ ਕਰਵਾ ਠੀਕ ਹੈ ਜੀ। ਵੱਡੀ ਗੱਲ ਇਹ ਦੇਖੋ, ਜਦੋਂ ਉਹਦਾ ਪਤਾ ਵੀ ਅੱਜ ਸ਼ਾਮ ਦੀ ਇਟਲੀ ਦੀ ਫਲਾਈਟ ਹੈ, ਉਹਨੂੰ ਕਿਉਂ ਉਦੋਂ ਪਹਿਲਾਂ ਅਰੈਸਟ ਕਿਉਂ ਨਹੀਂ ਕੀਤਾ ਜਾਂਦਾ ਜਦੋਂ ਘਰੇ ਆ ਉਹ? ਇਸ ਗੱਲ ਤੋਂ ਮੈਨੂੰ ਬਹੁਤ ਦੁੱਖ ਲੱਗਿਆ। ਚਲੋ ਸਬੂਤ ਆਪਾਂ ਦੇ ਦਿੰਦੇ ਹਾਂ, ਵੀਡੀਓ ਬਣਾ ਕੇ ਦੇ ਦਾਂਗੇ, ਆਡੀਓ ਮੈਂ ਤੁਹਾਨੂੰ ਸਾਰਾ ਕੁਝ ਪਾ ਕੇ ਦੇ ਦਿੰਦੇ ਹਾਂ। ਜੇ ਉਹਦੀ ਆਡੀਓ ਵੀਡੀਓ ਜੋ ਹੈ ਉਹ ਤਾਂ YouTube ਤੇ ਪਈ ਹੈ, ਮਿਲ ਜਾਣੀ ਹੈ। ਜਦੋਂ ਅਸੀਂ ਕਾਰਵਾਈ ਕਰਨ ਨੂੰ ਤਿਆਰ ਹੈ, ਫਿਰ ਆਪਾਂ ਮਾਹੌਲ ਖਰਾਬ ਕਰ ਦਿੰਦੇ ਹਾਂ। ਤੁਹਾਨੂੰ ਦੇ ਦਿੰਦੇ ਹਾਂ ਜੈਕਟ, ਤੁਹਾਨੂੰ ਫੜਾਓ ਬਰਕਾ ਜੈਕਟ, ਮਾਹੌਲ ਰਹੀ ਕਰਕੇ ਸਾਨੂੰ ਦੇ ਦਿਓ। ਮੈਂ ਸਰਦਾਰ ਦੇ ਹੱਥ ਤੋਂ ਮੈਨੂੰ ਉਹ ਦੇ ਦਿਓ, ਮੈਂ 2 ਮਿੰਟ ਲਾਉਂਗਾ ਪਰਚਾ ਕੱਟਣ ਨੂੰ। ਦੇਖੋ ਜਦੋਂ ਦਰਖਾਸਤ ਤੁਹਾਡੇ ਕੋਲ ਆਈ ਹੋਈ ਹੈ, ਦਰਖਾਸਤ ਉਹ ਚਲ ਬਾਬਾ ਲਿਖ ਕੇ ਦਿਓ, ਦਰਖਾਸਤ ਨਾਲ ਵੀਡੀਓ ਲੱਗਣਾ ਲਾ ਦੇਣੀ ਹੈਗੀ ਮੇਰੇ ਤੋਂ ਸਾਰਾ ਕੁਝ ਦੇ ਦਿਓ। ਆਡੀਓ ਵੀ ਇੱਥੇ ਲੱਗ ਲੈ ਗਾ ਜੀ, 2 ਮਿੰਟ ਆਪਾਂ ਚੱਲਾਂਗੇ। ਚਲੋ ਕੱਲ ਕਰਦੇ ਹੋ ਖੜਾ ਜਾਣ ਦੇ ਬਾਕੀ ਖੜੇ ਕੋਈ ਨਹੀਂ ਬਾਕੀ ਇੱਥੇ ਬਾਕੀ ਰੋਕ ਕੋਈ ਨਹੀਂ ਬਾਕੀ ਰੋਕ।